पिछले दिनों तो पैर ही अत दी गर्मी तो कई थाई जिथे राहत मिली उथे ही जलालाबाद च आए तूफान दे नाल भारी नुकसान होण दीआं खबरां भी सामने आ रहीआं ने, जिथे राजमल इंडस्ट्री दी तकरीबन 10 बिल्डिंगां पूरी तरह नुकसानियां गईआं। उथे ही बस्ती भूमण शाह विखे 5 दे करीब कारां दीआं छत्तां डिग्गीआं, जिस दे नाल 4 लोकां दे फटड़ होण दा समाचार भी प्राप्त होया, जिन्हां नूं फरीदकोट दे मैडिकल हस्पताल विखे रैफर कर दिता गया। इस मौके भूमण शाह बस्ती दे गरीब लोकां ने प्रशासन तो मंग कीती कि उन्हां दे होए नुकसान दा मुआवजा दिता जावे। सारी दीवार सारा कुछ जेड़ा समान सी बेडबूद सारा कुछ नीचे ही टुट भज हो गई। ਹੁਣ ਗਰੀਬਾਂ ਦੀ ਕੋਈ ਸਹਾਇਤਾ ਕਰੋ, ਕੋਈ ਮਾੜਾ ਮੋਟਾ ਸਾਨੂੰ ਵੀ, ਅਸੀਂ ਵੀ ਗਰੀਬ ਬੰਦੇ ਤੁਹਾਡੇ ਆਸਰੇ ਤੇ ਹੈਗੇ ਆ, ਮਾੜਾ ਚੰਗਾ ਜੋ ਕਰੋ ਤੇ ਸਾਡਾ ਵੀ ਮਦਦ ਕਰ ਦਿਓ, ਗਰੀਬ ਬੰਦੇ ਤੁਹਾਡੇ ਆਸਰੇ ਤੇ ਬੈਠੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਬੜਾ ਭਿੰਕਰ ਤਬਾਹੀ ਦੇ ਨਾਲ ਤੂਫਾਨ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਔਰ ਖਾਸ ਕਰਕੇ ਮੁੱਖ ਮਰਾਈਆਂ ਰੋਡ ਦੇ ਵਿੱਚ ਆਇਆ ਲਗਭਗ ਕਰੀਬ 3 ਵਜੇ, और जिथे भी ये आया तहस नहस करता गया। मैं इस इलाके का ही रहने वाला, रात बहुत भारी तूफान सी और मैं हुण सवेरे तड़के भी आया सी इस इलाके दे विच, हुण ये परिवार दे विच आया, मैनू पता लग्या कि ये परिवार का गुजारा मसा ही सी, जुगाड़ है जुगाड़ ला के घर बनाया सी, हालात माड़े सी, असीं अगे पिछले दिन ही इन्हां नूं राशन भी दे गए हैं मेरे ख्याल 2 वारी। गरीब परिवार ही है बेचारा, कोई इन्ना है नहीं, और ये तुसीं देखिया ही है वी सारा कुछ पट्टिया गया इन्हां दा, और एक परिवार होर अगे उन्हां दा मैनूं पता लग्गिया सी सवेरे वी उंदियां दोवें लत्तां ही थल्लों कटियां गईआं ने, वड्डियां गईआं ने बारिश दे नाल तूफान दे नाल, उहनां छत डिग भी करदी उपर, और उहदे भी हालात बहुत माड़े ने, मेरे ख्याल मुक्तसर उहनूं ले जाया गया। सो सरकार नूं मैं बेनती करदा आप जी दे चैनल जरिए वी इहनां गरीब परिवारां दा कोई ना कोई इलाज हल करे, इहनां नूं मकान बना के देवे। NGO जे मैं NGO लेवल ते मैं गल करां, मैं NGO दा नुमाइंदा जरूर हाँ, पर ਸਾਡੇ NGO ਵਾਲੇ ਅੱਗੇ 3 ਮਹੀਨੇ ਹੋ ਗਏ ਲਗਾਤਾਰ ਆਪ ਦੇ ਪੱਲਿਓਂ ਰਾਸ਼ਨ, ਹਾਂ ਮਾਤਾ ਦੱਸ ਰਹੀ ਵੀ ਦਿੰਦੇ ਪਏ ਨੇ, ਦਿੰਦੇ ਰਹੇ, ਚਲੋ ਗੁਰੂ ਨਾਨਕ ਮਹਾਰਾਜ ਕਿਰਪਾ ਸਦਕਾ ਦੇ ਰਹੇ ਸੀ, ਸਾਡੇ ਭਾਊ ਹੱਥ ਖੜੇ ਨੇ ਸਰਕਾਰ ਨੂੰ ਦੱਸ ਦਿੰਦੇ, ਚਲੋ ਫਿਰ ਵੀ ਅਸੀਂ ਲੱਗਾਂਗੇ, ਸਾਡੇ ਕੋਲ ਤਾਂ ਡੋਨਰਾਂ ਦੇ ਸਿਰ ਤੇ ਸੀ ਨਾ, ਸਰਕਾਰ ਆਪਣਾ ਫਰਜ਼ ਸਮਾਣੇ, ਆ ਗਰੀਬ ਪਰਿਵਾਰ ਉੱਧਰ ਨਿਗਾਹ ਮਾਰੋ, ਛੋਟੀ ਜਿਹੀ ਬੱਚੀ ਵਿਚਾਰੀ ਨਿੱਕੀ ਨਿੱਕੀ ਤੇ ਬਹੁਤ ਹਾਲਾਤ ਮਾੜੇ ਨੇ, ਹੁਣ ਰਾਤ ਨੂੰ ਮੰਨ ਲਓ ਮਹਾਰਾਜ ਨਾ ਕਰੇ ਕੋਈ ਗੜਾ ਗੋਲਾ ਪੈ ਜਾਵੇ, ਫਿਰ ਦੁਬਾਰਾ ਬਾਰਿਸ਼ ਆ ਜਾਵੇ, ਇਹਨਾਂ ਸਾਰਾ ਲੱਗਾ ਲਾਣਾ ਗੁੱਲ। ਸੋ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ, ਮੈਂ ਇਹ ਤਾਂ ਸੁਣਦਾ ਤਾਂ ਘੱਟ ਹੀ ਕੈਪਟਨ ਆਪਦੇ ਮੁੱਖ ਮੰਤਰੀਆਂ ਦੇ, ਆਪਦੇ ਮੰਤਰੀਆਂ ਦੀ ਸੁਣਦਾ, MLA ਦੀ ਸੁਣਦਾ, ਸਾਡੀ ਤਾਂ ਉਹਨੇ ਕੀ ਸੁਣਨੀ, ਪਰ ਸ਼ਾਇਦ ਤੁਹਾਡੇ ਚੈਨਲ ਜ਼ਰੀਏ ਜੇ ਉੱਥੇ ਆਵਾਜ਼ ਪਹੁੰਚ ਜਾਵੇ ਤਾਂ ਇਹਨਾਂ ਗਰੀਬਾਂ ਦੀ ਜ਼ਰੂਰ ਸੁਣੇ, ਮੈਂ ਆਪਦੇ ਵਾਸਤੇ ਨਹੀਂ ਮੰਗ ਰਿਹਾ, ਮੈਨੂੰ ਕੋਈ ਆਪ ਨੂੰ ਲੋੜ ਨਹੀਂ ਹੈ, ਮੈਨੂੰ ਗੁਰੂ ਨਾਨਕ ਮਹਾਰਾਜ ਨੇ ਦਿੱਤਾ ਬੜਾ ਕੁਛ, ਪਰ ਇਹੋ ਜਿਹੇ ਪਰਿਵਾਰਾਂ ਦੀ ਮੈਂ ਕਰਦਾ ਵੀ ਇਹਨਾਂ ਪਰਿਵਾਰਾਂ ਨੂੰ ਛੱਤ ਬਣਾ ਕੇ ਦੁਬਾਰਾ ਦਿੱਤੀ ਜਾਵੇ, ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਗਰੀਬਾਂ ਨੇ ਮੜਾ ਮਸਾਂ ਰੁਪਈਆ ਰੁਪਈਆ ਇਕੱਠਾ ਕਰਕੇ ਬਣਾਇਆ ਸੀ ਮਕਾਨ, ਰਾਤ ਹਨੇਰ ਆਇਆ ਔਰ ਨਾਲ ਹੀ ਉਡਾ ਕੇ ਲੈ ਗਿਆ। ਸੋ ਲਾਸਟ ਦੇ ਵਿੱਚ ਫਿਰ ਅਪੀਲ ਹੈ, ਇਸ ਤੋਂ ਬਾਅਦ ਮੈਂ ਅਪੀਲ ਕਰਾਂਗਾ ਜੇ ਨਾ ਸਰਕਾਰ ਨੇ ਕੁਝ ਕੀਤਾ ਤਾਂ ਉਸ ਤੋਂ ਬਾਅਦ ਮੈਂ ਆਪਣੇ ਡੋਨਰ ਸੱਜਣਾਂ ਨੂੰ, ਦਾਨੀ ਸੱਜਣਾਂ ਨੂੰ ਅਪੀਲ ਕਰਾਂਗਾ, ਮੈਨੂੰ ਉਮੀਦ ਹੈ ਵੀ ਉਹ ਮੇਰੀ ਅਪੀਲ ਨੂੰ ਖਾਲੀ ਨਹੀਂ ਜਾਣ ਦੇਣਗੇ। ਸੋ ਪਹਿਲੀ ਅਪੀਲ ਮੇਰੀ ਸਰਕਾਰ ਨੂੰ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। For all latest notification, don't forget to press the bell icon.